ਸੰਗਤਾਂ ਦਾ ਸਮੁੱਚੇ ਰੂਪ ਵਿੱਚ ਅਤੇ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹੋਏ ਬੇਟੇ ਦੀ ਅੰਤਮ ਅਰਦਾਸ 'ਤੇ ਪਹੁੰਚੇ ਵੱਖ ਵੱਖ ਰਾਜਨੀਤਿਕ ਦਲਾਂ ਦੇ ਆਗੂ ਸਾਹਿਬਾਨ, ਵੱਖ ਵੱਖ ਪੂਰੇ ਭਾਰਤ ਵਰਸ਼ 'ਚੋਂ ਸਾਰੀਆਂ ਹੀ ਸਟੇਟਾਂ ਤੋਂ ਸਿੱਧੂ ਨੂੰ ਪਿਆਰ ਕਰਨ ਵਾਲੇ ਭੈਣ ਭਰਾ, ਸਾਰੀਆਂ ਹੀ ਸੰਸਥਾਵਾਂ, ਕਲੱਬ, ਜਿੰਨੇ ਵੀ ਤੁਸੀਂ ਇੱਥੇ ਪਹੁੰਚੇ ਹੋ, ਇੱਕ ਵਾਰ ਗੁਰੂ ਦੀ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਵੋ, 29 ਮਈ ਨੂੰ ਐਸਾ ਮਨਹੂਸ ਦਿਨ ਚੜ੍ਹਿਆ ਸੀ ਜਿਸ ਦੇ ਅਨੁਸਾਰ ਇਹ ਭਾਣਾ ਵਰਤ ਗਿਆ, ਪਰ ਤੁਹਾਡੇ ਪਿਆਰ ਨੇ, ਤੁਹਾਡੇ ਵੱਲੋਂ ਜੋ ਹੰਝੂ ਵਹਾਏ ਨੇ, ਉਸਨੇ ਮੇਰਾ ਦੁੱਖ ਕਾਫੀ ਹੱਦ ਤੱਕ ਘੱਟ ਕੀਤਾ। ਇਹ ਘਾਟਾ ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਆਸਾਨੀ ਨਾਲ ਪੂਰਾ ਕਰ ਲਊਂਗਾ ਜਾਂ ਸਹਿਣ ਕਰ ਲਊਂਗਾ, ਤਾਂ ਇਹ ਸਭ ਕਹਿਣ ਦੀਆਂ ਗੱਲਾਂ ਤਾਂ ਹੋ ਸਕਦੀਆਂ ਹੈ, ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਅੱਜ ਅਸੀਂ ਕਿੱਥੋਂ ਅਤੇ ਕਿੱਥੇ ਪਹੁੰਚ ਚੁੱਕੇ ਹਾਂ। ਗੁਰੂ ਸਾਹਿਬ ਦੇ ਹੁਕਮ ਨੇ, ਗੁਰਬਾਣੀ ਸਾਨੂੰ ਦੱਸਦੀ ਹੈ, ਇੱਕ ਉਹੀ ਰਸਤਾ ਬਚਿਆ, ਗੁਰੂ ਸਾਹਿਬ ਤੋਂ ਸੇਧ ਲੈ ਕੇ, ਦਸਮੇਸ਼ ਪਿਤਾ ਤੋਂ ਸੇਧ ਲੈ ਕੇ ਕੋਸ਼ਿਸ਼ ਕਰੂੰਗਾ ਅਗਲੀ ਜ਼ਿੰਦਗੀ ਨੂੰ ਰੋੜਨ ਦੀ, ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ। ਸੱਚੇ ਪਾਤਸ਼ਾਹ ਗੁਰੂ ਸਾਹਿਬ ਤਾਂ ਸ਼ਕਤੀਆਂ ਦੇ ਮਾਲਕ ਸੀ, ਸੰਤ ਸਿਪਾਹੀ ਸੀ, ਗੁਰੂ ਸੀ, ਉਹ ਤਾਂ ਇੰਨੀ ਝੱਲ ਗਏ, ਪਰ ਮੈਂ ਇੰਨੀ ਯੋਗਾ ਦੁਨਿਆ ਵੀ ਨਹੀਂ ਸੀ। ਪਰ ਮਹਾਰਾਜ ਫਿਰ ਵੀ ਤੁਹਾਡਾ ਹੁਕਮ ਸਿਰ ਮੱਥੇ ਹੈ, ਜ਼ਿੰਦਗੀ ਨੂੰ ਹਰ ਹਾਲਤ ਵਿੱਚ ਚੱਲਦੀ ਰੱਖਾਂਗਾ, ਇਹ ਤੁਹਾਡੇ ਨਾਲ ਵਾਅਦਾ ਕਰਨਾ। ਜਿੱਥੋਂ ਤੱਕ ਸ਼ੁਭਦੀਪ ਦਾ ਸਵਾਲ ਹੈ, ਉਹ ਇੱਕ ਬੜਾ ਸਿੱਧਾ ਸਾਦਾ ਨੌਜਵਾਨ, ਜਿਵੇਂ ਆਮ ਪਿੰਡ ਜੱਟਾਂ ਜਵਾਕ ਹੁੰਦੇ ਆ, ਇਸ ਤਰ੍ਹਾਂ ਦਾ ਉਹਦਾ ਜੀਵਨ ਸੀ। ਭਰਾਵੋ, ਨਰਸਰੀ ਦੇ ਵਿੱਚ ਜਦੋਂ ਉਹ ਮਾਨਸਾ ਵਿੱਦਿਆ ਭਾਰਤੀ ਸਕੂਲ ਦੇ ਵਿੱਚ ਪੜ੍ਹਨ ਲੱਗਿਆ, ਤਾਂ ਮੇਰਾ ਖਿਆਲ ਉਦੋਂ ਮੇਰੇ ਪਿੰਡ ਨੂੰ ਕੋਈ ਇੱਥੋਂ ਬੱਸ ਵੀ ਨਹੀਂ ਜਾਂਦੀ ਸੀ। ਉਹਨਾਂ ਸਮਿਆਂ ਦੇ ਵਿੱਚ ਸਾਧਨਾਂ ਦੀ ਬੜੀ ਘਾਟ ਸੀ, ਪਰ ਫਿਰ ਵੀ ਕਦੇ ਬੱਸਾਂ ਦੇ ਉੱਤੇ, ਕਦੇ ਆਪਣੇ ਸਕੂਟਰ 'ਤੇ ਛੱਡ ਕੇ, ਕਦੇ 2.5 ਸਾਲ ਦਾ ਸੀ, 3 ਸਾਲ ਦਾ ਜੋ ਸੈਕਿੰਡ ਕਲਾਸ ਦੇ ਵਿੱਚ ਪੜ੍ਹਦਾ ਸੀ, ਮੈਂ ਫਾਇਰ ਵਿਭਾਗ ਦੇ ਵਿੱਚ ਵੀਰੋਂ ਨੌਕਰੀ ਕਰਦਾ, ਉੱਧਰੋਂ ਅੱਗ ਲੱਗ ਗਈ, ਉੱਧਰੋਂ ਮੈਨੂੰ ਛੱਡਣ ਗਿਆ ਹੋਇਆ, ਮੈਂ 20 ਮਿੰਟ ਲੇਟ ਹੋ ਗਿਆ। ਉਸ ਦਿਨ ਤੋਂ ਮੈਂ ਕਿਹਾ, ਪੁੱਤਰਾ ਜਾਂ ਤੂੰ ਪੜ੍ਹੇਗਾ ਜਾਂ ਮੈਂ ਨੌਕਰੀ ਕਰੂੰਗਾ। ਅਸੀਂ ਛੋਟਾ ਜਿਹਾ ਸਾਈਕਲ ਲੈ ਤਾ, ਤੁਸੀਂ ਯਕੀਨ ਕਰਿਓ, ਸੈਕਿੰਡ ਕਲਾਸ ਤੋਂ ਸਾਈਕਲ 'ਤੇ ਜਾਣਾ ਸ਼ੁਰੂ ਕੀਤਾ, ਬੱਚੇ ਨੇ +2 ਤੱਕ ਸਾਈਕਲ ਚਲਾਇਆ, ਡੇਲੀ 24 ਕਿਲੋਮੀਟਰ ਸਕੂਲ ਜਾਣਾ, ਫਿਰ 24 ਕਿਲੋਮੀਟਰ ਟਿਊਸ਼ਨ 'ਤੇ ਜਾਣਾ। ਇਸ ਬੱਚੇ ਦਾ ਕਣ ਕਣ ਮਿਹਨਤ ਦੇ ਨਾਲ ਭਰਿਆ ਪਿਆ ਹੈ, ਕਿਤੇ ਵੀ ਮਤਲਬ ਪੈਸੇ ਦੀਆਂ ਤੰਗੀਆਂ ਤੁਰਛੀਆਂ ਦੇ ਨਾਲ, ਅਸੀਂ 2 ਭਰਾ ਹਾਂ, ਸਾਨੂੰ 5-5, 6-6 ਕਿੱਲੇ ਪਿਤਾ ਪੁਰਖੀ ਜ਼ਮੀਨ ਆਉਂਦੀ ਸੀ, ਕੋਈ ਪੈਸੇ ਦੀ ਵੀ ਕੋਈ ਆਪਾਂ ਕਹਿ ਦਈਏ ਵੀ ਜ਼ਿਆਦਾ ਅਮੀਰਾਂ ਵਾਲੀ ਗੱਲ ਨਹੀਂ ਸੀ, ਵੀਰੋ ਖਿੱਚ ਤਾਂ ਧੂ ਕਰਕੇ ਆਪਣਾ ਟਾਈਮ ਪਾਸ ਕੀਤਾ ਸੀ। ਇਹਨਾਂ ਹਾਲਾਤਾਂ 'ਚੋਂ ਮੈਂ ਬੱਚੇ ਨੂੰ ਇੱਥੋਂ ਤੱਕ ਲੈ ਕੇ ਆਇਆ, ਕਦੇ ਜੇਬ ਖਰਚ ਵੀ ਇਸ ਬੱਚੇ ਨੂੰ ਪੂਰਾ ਨਹੀਂ ਮਿਲਿਆ ਸੀ, ਪਰ ਇਹਨੇ ਆਪਣੀ ਮਿਹਨਤ ਸਦਕਾ +2 ਕੀਤੀ ਨੌਨ ਮੈਡੀਕਲ ਦੇ ਨਾਲ, ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਵਾਸਤੇ ਲੁਧਿਆਣਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਚਲਾ ਗਿਆ, ਉਪਰੰਤ ਆਈਲੈਟਸ ਕਰਕੇ ਬਾਹਰ ਚਲਾ ਗਿਆ। ਵੀਰੋ, ਸਾਰੀ ਡਿਗਰੀ ਕਰਨ ਉਪਰੰਤ ਵੀ ਇਸਨੇ ਮੈਨੂੰ ਕਦੇ ਵੀ ਤੰਗ ਨਹੀਂ ਕੀਤਾ, ਜਿਹੜਾ ਵੀ ਜੇਬ ਖਰਚ, ਮਾੜੇ ਮੋਟੇ ਗਾਣੇ ਲਿਖ ਲੈਂਦਾ, ਜਦੋਂ ਕੋਈ ਜੇਬ ਖਰਚਾ ਮੁੱਕਦਾ, ਇੱਕ ਦਾ ਗਾਣਾ ਸੇਲ ਕਰਤਾ ਅਤੇ ਆਪਦਾ ਟੈਲੈਂਟ ਪਾਇਆ। ਇਸੇ ਤਰ੍ਹਾਂ ਹੀ ਬੁਲੰਦੀਆਂ 'ਤੇ ਪਹੁੰਚ ਤੱਕ ਵੀ ਇਸ ਬੱਚੇ ਨੇ ਕਦੇ ਵੀ ਆਪਣੀ ਜੇਬ ਦੇ ਵਿੱਚ ਪਰਸ ਨਹੀਂ ਰੱਖਿਆ। ਦੇਖੋ, ਜਦੋਂ ਵੀ ਕੋਈ 1000 ਦੀ ਲੋੜ ਹੈ, 2000 ਦੀ ਲੋੜ ਹੈ, ਪਾਪਾ ਦਿਓ ਪੈਸੇ ਮਿਲ। ਇੰਨੀ ਨਿਮਰਤਾ, ਇੰਨਾ ਪਿਆਰ, ਮੈਂ ਕਹਿੰਦਾ ਜਿੰਨਾ ਸਾਡੇ ਹਿੱਸੇ ਆਇਆ,
शायद ज़्यादा करन करके जल्दी मुक गया, मैं महसूस करता। ये बच्चा जदों भी घरों निकलता कदे भी पैरी हाथ लाए तो बिना, आग्या लाए तो बिना गड्डी दी सीट ते बैठ भी जाना, माँ माँ कह के बोल मारते रहना। जब तक माँ बुक्कल च ना लेंदी, कन्न थले टिक्का ना लाउंदी, कदे घरों नहीं चलिया सी वीर। 29 तरीक पता नहीं किहो जी आई कि माँ पिंड विच मर्ग हुई सी, किसी दे बैठन चली गई और मैं घर विखे सी। मैं कहा भी मैं पुत्र तेरे नाल चलदा, परंतु कहना तुहाडे कपड़े ठीक नहीं, मैं खेतों आया सी ते तुसी आराम कर लो नहा धो लो। मैं 5 मिनटा जी बस जूस वगैरह पी के वापस आ गया। तो जिहड़ा ओ मैं हमेशा परदे दी तरह परछावां बन के बच्चे दे नाल रहा सारी जिंदगी, ते आखिर समय दे उत्ते वीरों मैं भी खुंझ गया ते अज मेरे हाथ वो समा नहीं लग रहा। मैनू बार बार पछताउण तो अलावा मेरे पल्ले कुछ भी नहीं रहा। वीरो तुसी सरकारां दे मालक हो, सारे लीडर साहिबान बचे हो, मेरे पंजाब नूं इस अग चों कढ लो। अज मेरा उजड़िया, कल किसे दा होर ना उजड़े। मेरी तुहाडे सारिआं दे अगे हथ बन के बेनती है कि मैनू हले तक इह वी नहीं पता वी मेरे बच्चे दा कसूर की सी। घट कम से कम जे मेरा बच्चा कोई गलती करता है तो अपनी समाजिक रीत भलांभा उहदे माँ बाप नूं दे के आउंदे आ भई भाई तेरे बच्चे ने आ डोलिया बिगाड़िया सब इहनूं कंट्रोल कर ला। मेरे कोले अज तक भी एक भी फोन कॉल जां किसी का कोई अलांभा मेरे कोले अज तक नहीं आया। असीं दोनों जी बैठे, मैं गुरु ग्रंथ साहिब वल हथ करके कहना, मेरा बच्चा मेरे गल लग के रोया भी पापा मैनूं एक गल दसो, हर एक चीज़ मेरे नाम नाल क्यों जुड़ जाती है। मैं किसी का भी माड़ा नहीं किया, मैं उतो फिर भी मैं यकीन नहीं किया भी नौजवान बच्चे है। कई बार माँ बाप को नहीं पता होंगे, कोई छोटी मोटी गलती कर जाते हैं। मैं कह मेरे सिर पर हाथ रख के सहु खा, आपकी माँ के सिर पर हाथ रख के सहु खा, दोनों हाथ रखा के कहा भी तू कदे भी किसी का कोई फोन कॉल ज किसी चीज़ में बोलबता नहीं है। कहना नहीं है, फिर मैं कह तेन डरन की लड़ नहीं है, अपना परमात्मा से विश्वास है, अपना कोई माड़ा नहीं करता। वीरो जे आपा कोई गलत काम करते हुए तो शैतान बंदा अपनी सौर सुरक्षा करता है। जे मेरा बच्चा कदे किसे किते गलत भी हुंदा तां ओह कल्ला गड्डी लैके कदे नहीं आउंदा सी, ओह नाल 5-7 गनमैन भी रखदा, चाहे प्राइवेट मुंडे प्राइवेट क्यों ना रखदे सी, क्योंकि सानू कदे खतरा महसूस होया ही नहीं सी। असी छोटी मोटी जिहड़े हालात बिगड़दे कंट्रोवर्सियां चलदियां रहियां उन्हां तों असी इन्ने ज़्यादा परेशान सी। पर सोशल मीडिया की कृपा भी इन्नी रही भी छोटी जी गल हुंदी नहीं तो उन्हूं बधा चढ़ा के पेश करी जाना। सोशल मीडिया के मेरे बुरे हाथ बन के थोड़े बुरे बेनती है, वीरो दुख असी पुत दा जर लेंगे, थोड़े नाल वादा करदा गुरु ग्रंथ साहब की हाजरी च असी अपनी जिंदगी नूं किवें ना किवें रोड़न दा हीला कर लेंगे। पर मेरे परिवार नूं मेरे पुत दे सिवे नूं उते वख वख खबरां ना बनायो, उन्हूं किते कहानियां बना बना के स्टोरियां ना पायो। मैं पुत गुआया, जदों मैं देखदा मैं फोन नहीं देखा वीरो जिदन की घटना हुई है। मैं जदों पढ़ता मेरा हिरदा बलूंदर जाता है। मेरा बच्चा बेहद संत साध सुभा का बच्चा सी, वो कदे भी किसी का नुकसान करना नहीं चाहता सी।